ਗੱਲਬਾਤ ਕਰਦੇ ਹਾਂ ਜੋ ਆਪਣਾ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਆਪਣੇ ਕਾਲਜ ਸ੍ਰੀ ਗੁਰਦਮ ਸਿੰਘ ਵਿੱਚ ਤੁਸੀਂ ਆਏ। ਅਸੀਂ ਵੀ ਬੀਕੌਮ ਕਮਰਸ ਡਿਪਾਰਟਮੈਂਟ ਦੇ ਸਟੂਡੈਂਟ ਆ, ਬੀਕੌਮ ਫਸਟ ਈਅਰ ਚ, ਤੇ ਅਸੀਂ ਵੀ ਥੀਏਟਰ ਕਰ ਰਹੇ ਹਾਂਗੇ ਜਿਵੇਂ ਤੁਸੀਂ ਕੀਤਾ ਸੀਗਾ। ਅਸੀਂ ਵੀ ਤੁਹਾਡੇ ਵਾਂਗੂ ਉਚਾਈਆਂ ਪ੍ਰਾਪਤ ਕਰਨਾ ਚਾਹੁੰਦੇ ਹਾਂ। ਵੈਰੀ ਗੁੱਡ, ਉਮੀਦਾਂ ਨੇ ਸਾਨੂੰ ਸੋ ਜੇ ਸੁਪਨੇ ਰੱਖੋਗੇ, ਅੱਛੇ ਪੜ੍ਹਾਈ ਕਰੋਗੇ ਔਰ ਉਮੀਦ ਰੱਖੋਗੇ, ਬਾਕੀ ਅੱਗੇ ਸਾਡਾ ਕੰਮ ਹੈ। ਤੁਸੀਂ ਪੜ੍ਹੋ, ਨੰਬਰ ਲੈ ਕੇ ਆਓ, ਨੌਕਰੀਆਂ ਜਿਹੜੇ ਵੀ ਤੁਹਾਡੀ ਪੜ੍ਹਾਈ ਮੁਤਾਬਕ ਡਿਜ਼ਰਵ ਕਰਦੀਆਂ ਨੇ ਉਹ ਨੌਕਰੀਆਂ ਤੁਹਾਨੂੰ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ, ਉਹ ਨੌਕਰੀਆਂ, ਉਹ ਕੁਰਸੀਆਂ, ਉਹ ਪੈਨ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਬਹੁਤ ਬਹੁਤ ਧੰਨਵਾਦ। ਸਾਡੇ ਕਾਲਜ ਦੇ ਵਿਦਿਆਰਥੀ ਬਹੁਤ ਮਾਣ ਆਏ, ਸਾਡੇ ਕਾਲਜ ਦੇ ਵਿਦਿਆਰਥੀ ਰਹਿ ਚੁੱਕੇ ਹੋ, ਅਸੀਂ ਵੀ ਸਮਾਰਟ ਮੰਡੀ ਵਿਦਿਆਰਥੀ ਨੇ ਕਿਹਾ ਨਾਮ ਗੁਰਜਸ਼ਨਪ੍ਰੀਤ ਕੌਰ ਜੀ ਕੋ ਫਸਟ ਈਅਰ ਦੀ ਵਿਦਿਆਰਥੀ ਨਾਲ ਹੈ। ਸਰ ਮੈਨੂੰ, ਮੈਂ ਕਹਿਣਾ ਚਾਹੁੰਦੀ ਹਾਂ ਵੀ ਜੇ ਤੁਹਾਡੀ ਸਰਕਾਰ ਹੈ ਜੀ, ਤਾਂ ਸਾਨੂੰ ਸਾਡੇ ਕੋਲ ਵੀ ਇੱਕ ਵਾਰੀ ਸੋਚਣ ਦੀ ਲੋੜ ਨਹੀਂ, ਅਸੀਂ ਆਪਣੇ ਮਿਹਨਤ ਨਾਲ ਨੌਕਰੀਆਂ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਸਕਦੇ ਹਾਂ। ਸਰ ਤੁਸੀਂ ਸਾਨੂੰ ਵੀ ਬਹੁਤ ਸਪੋਰਟ ਕਰੇ ਹੋਏ। ਹਾਂਜੀ ਬਿਲਕੁਲ ਕਰਾਂਗੇ, ਬਿਲਕੁਲ। ਮੈਂ ਇਹੀ ਕਿਹਾ ਕਿ ਤੁਸੀਂ ਉਮੀਦ ਤੇ ਦੁਨੀਆ ਕਾਇਮ ਰੱਖਣੀ ਹੈ, ਪੜ੍ਹਨਾ, ਮੈਰਿਟ ਚ ਆਓਗੇ, ਕਿਸੇ ਸਿਫਾਰਿਸ਼ ਦੀ ਲੋੜ ਨਹੀਂ ਪਊਗੀ, ਜਾਂ ਕਿਸੇ ਇਹ ਨਹੀਂ ਹੋਊਗਾ ਕਿ 20 ਲੱਖ ਨਹੀਂ ਹੈਗਾ, ਕੋਈ ਹੋਰ ਬੰਦਾ ਲੈ ਗਿਆ, ਮੇਰੇ ਕੋਲ 25 ਲੱਖ ਮੰਗਦੇ ਨੇ, 50 ਮੰਗਦੇ ਨੇ, ਕੋਈ ਪੈਸਾ ਨਹੀਂ ਲੱਗੂਗਾ, ਤੁਹਾਡੀ ਮੈਰਿਟ ਤੇ ਤੁਹਾਨੂੰ। ਸਰ ਇੱਕ ਮਿੰਟ, ਉਹ ਬੱਚੇ ਕੁਝ ਕਹਿ ਰਹੇ ਸਨ। ਸਰ ਸਾਨੂੰ ਬਹੁਤ ਮਾਣ ਹੈ ਜੀ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ, ਸਾਨੂੰ ਬਹੁਤ ਮਾਣ ਹੈ ਕਿ ਤੁਸੀਂ, ਅਸੀਂ ਵੀ ਇੱਥੇ ਪੜ੍ਹ ਰਹੇ ਹਾਂਗੇ, ਜਿਹੜੀਆਂ ਕਲਾਸਾਂ 'ਚ ਤੁਸੀਂ ਪੜ੍ਹ ਕੇ ਗਏ, ਅਸੀਂ ਵੀ ਉਹਨਾਂ ਕਲਾਸਾਂ 'ਚ ਪੜ੍ਹ ਰਹੇ ਹਾਂ, ਅਸੀਂ ਵੀ ਬੀਕੌਮ ਕਰ ਰਹੇ ਹਾਂ, ਜਿੱਦਾਂ ਤੁਸੀਂ ਥੀਏਟਰ ਕੀਤਾ ਮੈਂ ਵੀ ਥੀਏਟਰ ਕਰ ਰਿਹਾ ਹਾਂਗਾ। ਅੱਛਾ ਅੱਛਾ। ਹਾਲਾਂਕਿ ਮੈਂ ਸਕਿੱਟ ਵੀ ਕੀਤੀ, ਨਾਟਕ ਕੀਤਾ, ਨਾਟਕ ਫਸਟ ਆਇਆ ਸਾਡਾ ਕੱਲ੍ਹ, ਨੁੱਕੜ ਨਾਟਕ ਫਸਟ ਆਇਆ, ਸਾਨੂੰ ਬਹੁਤ ਖੁਸ਼ੀ ਹੋਈ ਕਿ ਸਾਡੇ ਮਾਨ ਸਾਹਿਬ ਵੀ ਇੱਥੇ ਪੜ੍ਹ ਕੇ ਗਏ ਨੇ ਤੇ ਅਸੀਂ ਵੀ ਇੱਥੇ ਪੜ੍ਹ ਰਹੇ ਹਾਂ। ਮੈਨੂੰ ਬਹੁਤ ਕਿਹਾ ਜੀ ਕਿ ਹਾਂ ਕਿ ਬੈਕਵਰਡ ਕਾਲਜ ਹੈ, ਕਿ ਨਾ ਕਰਾ ਇੱਥੇ ਐਡਮਿਸ਼ਨ, ਬਟ ਮੈਂ ਇੱਥੇ ਐਡਮਿਸ਼ਨ ਕਰਵਾਈ, ਮੈਂ ਕਿਹਾ ਕਿ ਨਾ, ਕਿ ਇੱਥੇ ਫਿਊਚਰ ਹੈਗਾ ਮੇਰਾ, ਮੈਂ ਦੇਖਣ ਹੈਗਾ ਕਿ ਮੈਂ ਦੇਖਾ ਵੀ ਸੀ ਕਿ ਹਾਂ ਕਿ ਕੀ ਹੁੰਦਾ ਇਸ ਕਾਲਜ 'ਚ, ਮੇਰਾ ਫਿਊਚਰ ਬਣੂ ਨਾ ਬਣੂ, ਬਟ ਮੈਂ ਦੇਖ ਰਿਹਾ ਜੀ ਕਿ ਹਾਂ ਕਿ ਮੇਰਾ ਫਿਊਚਰ ਬਣ ਰਿਹਾ। ਮੈਂ 3 ਸਾਲਾਂ ਤੋਂ ਥੀਏਟਰ ਕਰਦਾ ਆ ਰਿਹਾ ਤੇ ਹਰ ਇੱਕ ਸਾਲ ਅਸੀਂ ਜਿੱਤਦੇ ਆ ਰਹੇ ਹਾਂਗੇ। ਵਾਹ ਕਿਆ ਬਾਤ, ਬਹੁਤ ਵਧੀਆ। ਸਰ ਇੱਕ ਤੁਸੀਂ ਐਮਕੌਮ ਕਰ ਰਹੇ ਬੱਚੇ ਨੂੰ, ਸਰਕਾਰੀ ਨੌਕਰੀ ਮਿਲੀ ਹੈਗੀ ਸਾਡੇ ਨੂੰ, ਤੇ ਉਹਦੇ ਲਈ ਵੀ ਅਸੀਂ ਧੰਨਵਾਦ ਕਰ ਦਿਆਂਗੇ, ਤੇ ਉਹ ਵੀ ਮੇਰੇ ਕੋਲ ਨੇ, ਉਹ ਵੀ ਆਪਦਾ ਕੁਝ ਬੋਲਣਾ ਚਾਹੁੰਦੇ। ਅੱਛਾ ਅੱਛਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਮੈਂ ਸਿੰਘਾ ਪਾਲਸ਼ਾ ਵਿਦਿਆਰਥੀ ਐਸਐਸ ਕਾਲਜ ਸਲੋਂਗ ਵੱਲੋਂ ਆਪ ਦਾ ਸਾਡੇ ਕਾਲਜ ਵਿੱਚ ਆਉਣ ਤੇ ਬਹੁਤ ਬਹੁਤ ਜੀਆਂ ਕਹਿੰਦੀ ਆ। ਸਰ ਮੈਨੂੰ ਮਾਣ ਹੈ ਕਿ ਤੁਸੀਂ ਸਾਡੇ ਕਾਲਜ ਦੇ ਸਟੂਡੈਂਟ ਰਹੇ ਹੋ, ਔਰ ਉਹ ਵੀ ਕਮਰਸ ਡਿਪਾਰਟਮੈਂਟ ਦੇ। ਸਰ ਮੈਂ ਖੁਦ ਇੱਕ ਕਮਰਸ ਡਿਪਾਰਟਮੈਂਟ ਦੇ ਸਟੂਡੈਂਟ ਰਹੀ ਆ। ਸਰ ਪਿਛਲੇ ਦਿਨ ਮੈਨੂੰ ਇੱਕ ਐਜ਼ ਅ ਇਕੁਇਟੀ ਟੀਚਰ ਜੌਬ ਮਿਲੀ ਹੈ। ਸਰ ਮੈਂ ਉਸ ਜੌਬ ਲਈ 1.5 ਸਾਲ ਵੇਟ ਕੀਤਾ ਪੂਰਾ, ਬਟ ਜਦੋਂ ਸਰ ਆਪਦੀ ਸਰਕਾਰ ਆਈ, ਸਰ ਪੂਰੀ ਇਮਾਨਦਾਰੀ ਨਾਲ ਮੈਂ ਆਪਦੀ ਇਮਾਨਦਾਰੀ ਤੋਂ ਇੰਨੀ ਜ਼ਿਆਦਾ ਖੁਸ਼ ਹਾਂ ਕਿ ਜੋ ਮੈਨੂੰ ਜੌਬ ਮਿਲੀ ਹੈ ਉਹ ਬਿਨਾਂ ਕਿਸੇ ਸਿਫਾਰਿਸ਼ ਤੋਂ, ਬਿਨਾਂ ਕਿਸੇ ਰਿਸ਼ਵਤ ਤੋਂ ਮਿਲੀ ਹੈ। ਸਰ ਸਰ ਮੈਂ ਅੱਜ ਦੇ ਯੂਥ ਨੂੰ ਵੀ ਇਹੀ ਗੁਜ਼ਾਰਿਸ਼ ਕਰੂੰਗੀ ਕਿ ਵਿਦੇਸ਼ਾਂ ਵੱਲ ਨਾ ਜਾਓ, ਆਪਣੇ ਪੰਜਾਬ 'ਚ ਰਹਿ ਕੇ, ਆਪਣੇ ਪਰਿਵਾਰ ਨਾਲ ਰਹਿ ਕੇ ਇੱਥੇ ਹੀ ਰੁਜ਼ਗਾਰ ਪ੍ਰਾਪਤ ਕਰੋ। ਸਰਕਾਰ ਤੁਹਾਨੂੰ ਇੰਨੇ ਵਧੀਆ ਰੁਜ਼ਗਾਰ ਦੇ ਰਹੀ ਹੈ, ਤਾਂ ਤੁਸੀਂ ਆਪਣੇ ਪਰਿਵਾਰ ਤੋਂ ਦੂਰ ਕਿਉਂ ਹੋਣਾ? ਥੈਂਕ ਯੂ ਸਰ, ਥੈਂਕ ਯੂ ਵੈਰੀ ਵੈਰੀ ਮਚ। ਸਰ ਪਹਿਲਾਂ ਤਾਂ ਮੈਂ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ ਚਾਹੁੰਦੀ ਹਾਂ। ਸਤਿ ਸ਼੍ਰੀ ਅਕਾਲ। ਸਰ ਮੈਂ ਤਾਂ ਸਾਡੇ ਕਾਲਜ ਦੇ ਵਿਦਿਆਰਥੀ ਰਹਿ ਚੁੱਕੇ ਹਾਂ, ਸਾਨੂੰ ਵੀ ਬਹੁਤ ਮਾਣ ਹੈ ਤੁਸੀਂ ਸਾਡੇ ਕਾਲਜ ਦੇ ਵਿਦਿਆਰਥੀ ਹੋ ਤੇ ਵਿਦਿਆਰਥੀ ਰਹਿ ਚੁੱਕੇ ਹੋ। ਅਸੀਂ ਵੀ ਸਮਾਰਟ ਮੰਡੀ ਵਿਦਿਆਰਥੀ ਨੇ, ਮੇਰਾ ਨਾਮ ਗੁਰਜਸ਼ਨਪ੍ਰੀਤ ਕੌਰ ਜੀ ਕੋ ਫਸਟ ਈਅਰ ਦੀ ਵਿਦਿਆਰਥੀ ਨਾਲ ਹੈ ਜੀ। ਸਰ ਮੈਨੂੰ, ਮੈਂ ਕਹਿਣਾ ਚਾਹੁੰਦੀ ਹਾਂ ਵੀ ਜੇ ਤੁਹਾਡੀ ਸਰਕਾਰ ਹੈ ਜੀ, ਤਾਂ ਸਾਨੂੰ ਸਾਡੇ ਕੋਲ ਵੀ ਇੱਕ ਵਾਰੀ ਸੋਚਣ ਦੀ ਲੋੜ ਨਹੀਂ, ਅਸੀਂ ਆਪਣੇ ਮਿਹਨਤ ਨਾਲ ਨੌਕਰੀਆਂ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਸਕਦੇ ਹਾਂ। ਸਰ ਤੁਸੀਂ ਸਾਨੂੰ ਵੀ ਬਹੁਤ ਸਪੋਰਟ ਕਰੇ ਹੋਏ। ਬਿਲਕੁਲ ਕਰਾਂਗੇ, ਬਿਲਕੁਲ। ਮੈਂ ਇਹੀ ਕਿਹਾ ਕਿ ਤੁਸੀਂ ਉਮੀਦ ਤੇ ਦੁਨੀਆ ਕਾਇਮ ਰੱਖਣੀ ਹੈ, ਪੜ੍ਹਨਾ, ਮੈਰਿਟ ਚ ਆਓਗੇ, ਕਿਸੇ ਸਿਫਾਰਿਸ਼ ਦੀ ਲੋੜ ਨਹੀਂ ਪਊਗੀ, ਜਾਂ ਕਿਸੇ ਇਹ ਨਹੀਂ ਹੋਊਗਾ ਕਿ 20 ਲੱਖ ਨਹੀਂ ਹੈਗਾ, ਕੋਈ ਹੋਰ ਬੰਦਾ ਲੈ ਗਿਆ, ਮੇਰੇ ਕੋਲ 25 ਲੱਖ ਮੰਗਦੇ ਨੇ, 50 ਮੰਗਦੇ ਨੇ, ਕੋਈ ਪੈਸਾ ਨਹੀਂ ਲੱਗੂਗਾ, ਤੁਹਾਡੀ ਮੈਰਿਟ ਤੇ ਤੁਹਾਨੂੰ ਨੌਕਰੀ ਮਿਲੇ। ਹਾਂਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਅਸੀਂ ਥੋੜਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਜੋ ਆਪਣਾ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਆਪਣੇ ਕਾਲਜ ਸ੍ਰੀ ਗੁਰਦਮ ਸਿੰਘ ਵਿੱਚ ਤੁਸੀਂ ਆਏ। ਅਸੀਂ ਵੀ ਬੀਕੌਮ ਕਮਰਸ ਡਿਪਾਰਟਮੈਂਟ ਦੇ ਸਟੂਡੈਂਟ ਆ, ਬੀਕੌਮ ਫਸਟ ਈਅਰ ਚ, ਤੇ ਅਸੀਂ ਵੀ ਥੀਏਟਰ ਕਰ ਰਹੇ ਹਾਂਗੇ ਜਿਵੇਂ ਤੁਸੀਂ ਕੀਤਾ ਸੀਗਾ, ਅਸੀਂ ਵੀ ਤੁਹਾਡੇ ਵਾਂਗੂ ਉਚਾਈਆਂ ਪ੍ਰਾਪਤ ਕਰਨਾ ਚਾਹੁੰਦੇ ਹਾਂ। ਵੈਰੀ ਗੁੱਡ, ਉਮੀਦਾਂ ਨੇ ਸਾਨੂੰ ਵੀ ਆਇਆ ਜੀ ਕਿ ਸਾਡਾ ਜਿਹੜਾ ਏਮ ਆ ਉਹ ਸਾਨੂੰ ਮਿਲੂਗਾ, ਕਿ ਅਸੀਂ ਆਪਦੇ ਮੁਕਾਮ ਤੇ ਪਹੁੰਚਾਂਗੇ ਜ਼ਰੂਰ। ਮੈਂ ਇੱਕ ਵਾਰੀ ਤਾੜੀਆਂ ਇਹਨਾਂ ਬੱਚਿਆਂ ਦੀ ਹਿੰਮਤ, ਬਹੁਤ ਬਹੁਤ ਧੰਨਵਾਦ।
मैं एक स्कूल दे विच गया, मैं स्कूल च गया एक ते मैं पूछन लग गया उत्ते बच्चियां नूं मैं की बनेगा। वो कहिंदा जी मैं तां पुलिस अफसर बनूंगा। एक कुड़ी कहिंदी जी मैं डॉक्टर बनूंगी। सतवीं अठवीं वाले सी चुन्नी चुन्नी लाडरा कोल एक पिंड सीगा। एक मुंड बच्चे नूं पुछदा की बनेगा, कहिंदा जी थोड़े वांगू सीएम बनूंगा। मैं क्या अच्छा, फिर कहिंदे मैं इहदे वास्ते तां पढ़ना पऊ पहिलां तां, फिर लोगों के सेवा करनी पो, लोगों के दुखा सुखा च सहा उन्होंने सांझ दुख सुख मनाने पैणगे। कोई गल नहीं, कहते जी इन्ने चिर तुम है, फिर उस बाद मैं आ जाऊंगा जी। मैं क्या क्या कॉन्फिडेंस है यार। सो एक अच्छी गल है, मैं पहला हूं सारी कह सुपने वो रखो जो थोड़ा सौन ना दे, उन्होंने पूरे करने लिए तुम दरा कर दो। कोई भी जी मंजिल है वह असंभव नहीं हैगी। लोगों ने हिमालय जितया हुआ है, चीरन वाले पहाड़ों चीर देंगे, कोई ऐसी गल नहीं। सो जे सुपने रखोगे, अच्छे पढ़ाई करोगे और उम्मीद रखोगे, बाकी अगे साडा काम है। तुसीं पढ़ो, नंबर लेके आओ, नौकरियां जेड़े भी तुहाडी पढ़ाई मुताबक डिजर्व कर दियां ने वह नौकरियां तुहानूं तुहाडा इंतजार कर रही ने, वह नौकरियां वह कुर्सियां वह पेन तुहाडा इंतजार कर रहे हैं। बहुत बहुत धन्यवाद। किवें हो सलाम वाले, क्या बात है, स्वाद ला दें। इलाका इलाका ही होंगे। सो सब तो पहला मुख मेहमान जी प्रिंसीपल साहब प्रोफेसर साहबान ते मेरे प्यारे विद्यार्थियों, सब तो पहला मैं यही गल कह लगा भी मैनू ऐ लगता भी मैं इतों गया ही नहीं अजे, इत ही पढ़ रहा हूं अज भी, क्योंकि इसे लैक्चर स्टैंड तो इसे स्टेज तो मेरी तो मान साहब की शुरुआत हुई सी। बाकी ये जिते प्रोग्राम उलीकिया गया से उदे जो पता लग्या तो मान साहब का फोन आया कि कॉलेज वालों कह दी, प्रिंसीपल साहब न कह दी, मैनेजमेंट न कह दी कि तुसी मंगा नहीं मंगनिया, तुसी अपने हक मंगने ने। मैं मंगा मंगण वाले कॉलेज होर ने, इतने थोड़ा हक बनता है। मैनू ऐ लगता भी मंगा भी बहुत थोड़िया ने, जिन्ना कुछ इन्होंने देके जाना है, हो सकता है थोड़ा पता ही ना हो। सो साडे मानयोग मुख्यमंत्री सरदार भगवंत सिंह मान जी, साडे मानयोग मंत्री साहब अमन अरोड़ा जी, वरिंदर वकील जी, साडी भैन भरा जी कुदनी जी चेयरमैन साहब, सारे नूं जी आया, जिन्हें साडे मित्र बैठे ने सारे नूं जी आया, पम्मी बाई होणा नूं, लाली बाई होणा नूं। सो सारे जिन्हें भी ऑफिसर साहबान आए साडे मानयोग, इको मैनू जिन्हां कोलों मैं पढ़िया मैडम शमशेर जी बैठे ने, और सानूं माण है कि असीं इन्हां कोलों पढ़े हाँ। सो बड़ा चंगा लगता जो कॉलेज के बच्चे आने, साड़ी जे दोस्ती की गल करिए लाइब्रेरी के पिछे एक बोर्ड सीगा, बोर्ड के थले मेरी ते मान साहब की मुलाकात हुई सी पहली, ते बोर्ड दियां जिवें जड़ां डूंगियां होंदियां ने, शायद साड़ी यारी दियां भी उस तरह जड़ां ने, शायद तां ही रब ने उस बब बनाया कि बोर्ड थले साड़ी यारी लगी। सो जो कॉलेज पढ़ते सी मान साहब दा जिहड़ा पंजाब प्रति दर्द सी उन्हां दीआं सकिटां चों उन्हां दे गीतां चों झलकदा सी। जदों किते असीं कंपीटीशन लड़न जांदे, कई वारी भाषण मुकाबले हुंदे सी, ते इक हक च बोलदा हुंदा सी ते इक विरोध दे विच, ते जिहड़े लैक्चर लिखे जांदे सी जे मैं हक च बोलना हुंदा तां इन्हां दे विरोध दे विच, उह दोनों लैक्चर इही लिख के दिंदे सी वी तूं मेरे विरोध इह बोलना है। सो इत्थे एक खंभा जिहा होऊगा, इत्थे लग्गिया हुंदा सीगा एक छोटा जिहा रेडियो हुंदा, उहदे रेडियो दे उत्ते ही सैल पाए हुंदे ते रबड़ दे नाल चढ़ाए हुंदे, ऐ खंभे नाल लगे खड़े हुंदे, कदे क्रिकेट दी कमेंटरी सुन रहे हुंदे। एक रगबी गेम है, सानूं उहदा नाम भी लैणा नहीं आउंदा जदों उहदी कमेंटरी सुणदे हुंदे रेडियो ते। सो पहले दिन तों चाहे कोई दुनिया दा कोई पॉलिटिक्स दा मुद्दा है, चाहे कोई खेड दा है, किसी भी फील्ड का इन्हों तो कोई लुकया नहीं होंदा सी। जदों असी एक भी माण वाली गल है कि जेड़ा बंदा सानू स्टूडेंटा नू सीट तो मिलती नहीं होंदी सी, बस दे छत ते बैठ के आंदे होंदे सी भी जेड़े मुफ्त वाले ने छत ते बह जाओ। जेड़ा बंदा छत ते बैठ के कॉलेज आंदा सी अज वो हैलीकॉप्टर ते उतरिया, साडे लई सब तो वड्डी माण दी गल है। सो जेड़ा कॉलेज है मेरा ख्याल है भी पंजाब का पहला कॉलेज होगा, नहीं तो जिन्हें भी मुख्यमंत्री
ਹੋਏ ਨੇ ਕੋਈ ਲਾਹੌਰ ਪੜ੍ਹਦੇ ਸੀ ਜਾਂ ਕਿਤੇ ਹੋਰ ਜਗ੍ਹਾ ਤੇ ਪੜ੍ਹਦੇ ਸੀ ਪਰ ਇੱਕ ਬਹੁਤ ਜਿਹਨੂੰ ਛੋਟਾ ਕਸਬਾ ਸਮਝਿਆ ਜਾਂਦਾ ਉਸ ਕਾਲਜ ਦੇ ਵਿੱਚ ਕਈ ਕਾਲਜਾਂ ਦੇ ਵਿੱਚ ਹੁੰਦਾ ਸਾਡੇ ਚੋਂ NIIS ਗਏ NPCS ਗਏ ਪਰ ਇੱਥੇ ਪੰਜਾਬ ਦੀ ਸਭ ਤੋਂ ਵੱਡੀ ਕੁਰਸੀ ਤੇ ਜੋ ਬਿਰਾਜਮਾਨ ਨੇ ਇਸ ਕਾਲਜ ਨੇ ਉਹ ਚੀਜ਼ ਦਿੱਤੀ ਸੋ ਸਾਨੂੰ ਮਾਣ ਹੈ ਕਿ ਸਾਡੇ ਪਿਛੜੇ ਇਲਾਕੇ ਚੋਂ ਕਿਉਂਕਿ ਜੋ ਵੀ ਪੋਲਿਟਿਕਸ ਜੋ ਪੋਲੀਟੀਸ਼ੀਅਨ ਆ ਸਾਰੇ ਪੁਰਾਣੇ ਦੇਖੇ ਹੋਣਗੇ ਉਹ ਵੱਡੇ ਘਰਾਣਿਆਂ ਚੋਂ ਜਿਨ੍ਹਾਂ ਦੇ ਮਤਲਬ ਪਤਾ ਹੀ ਨਹੀਂ ਕਿੰਨੀਆਂ ਜਾਇਦਾਦਾਂ ਹੋਣਗੀਆਂ ਇੱਕ ਨਵੇਂ ਜਿਹੜੇ ਇੱਕ ਪੰਜਾਬ ਨੂੰ ਨਵਾਂ ਸੂਰਜ ਚੜ੍ਹਿਆ ਇੱਕ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਸਿਰਫ 12 ਸਾਲ ਦਾ ਪੋਲੀਟੀਕਲ ਕੈਰੀਅਰ ਹੋਵੇ ਤੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਕਾਲਜ ਦਾ ਸਟੂਡੈਂਟ ਬਾਈ ਭਗਵੰਤ ਮਾਨ ਸੋ ਬਾਕੀ ਕਾਫੀ ਗੱਲਾਂ ਨੂੰ ਮਾਨ ਸਾਹਿਬ ਵੀ ਦੱਸਣਗੇ ਸਾਡੇ ਕਾਲਜ ਦੇ ਵਿੱਚ ਕਿਵੇਂ ਕੰਪੀਟੀਸ਼ਨ ਤੇ ਲੜ ਅਸੀਂ ਕੰਪੀਟੀਸ਼ਨ ਲੜ ਜਾਂਦੇ ਹੁੰਦੇ ਸਾਡੇ ਕਾਲਜ ਦੇ ਕੋਲੇ ਗ੍ਰਾਂਟਾਂ ਬਹੁਤ ਘੱਟ ਹੁੰਦੀਆਂ ਸੀ ਸਾਨੂੰ ਬੱਸ ਦਾ ਕਿਰਾਇਆ ਦੇਣ ਨੂੰ ਵੀ ਨਹੀਂ ਹੁੰਦਾ ਸੀ ਅਸੀਂ ਕੋਈ ਨਾ ਕੋਈ ਜੁਗਾੜ ਕਰਕੇ ਜਾਂਦੇ ਹੁੰਦੇ ਅਸੀਂ ਕਾਫੀ ਬਾਕੀ ਹੁਣ ਮਾਨ ਸਾਹਿਬ ਦੱਸਣਗੇ ਗੀਤ ਕਹਿ ਰਹੇ ਨੇ ਚਲੋ ਜੀ ਯਾਰਾ ਵੀ ਗਾਊਂਗਾ ਪਰ ਇੱਕ ਮਾਨ ਸਾਹਿਬ ਦੇ ਲਿਖਿਆ ਜਦੋਂ ਪਲੱਸ 1 ਚ ਹੁੰਦੇ ਸੀਗੇ ਇਹਨਾਂ ਨੇ ਮੈਂ ਤਾਂ ਗਾਊਂਗਾ ਉਹ ਵੀ ਗਾਊਂਗਾ ਹਾਂ ਕਮੀਆਂ ਦਾ ਬੇੜਾ ਵੀ ਗਾਊਂਗਾ ਮਾਨ ਸਾਹਿਬ ਦਾ ਗੀਤ ਜਦੋਂ ਪਲੱਸ 1 ਦੇ ਵਿੱਚ ਪੜ੍ਹਦੇ ਸੀਗੇ ਉਦੋਂ ਦਾ ਲਿਖਿਆ ਹੋਇਆ ਗੀਤ ਹੈ ਰਾਤ ਅਸੀਂ ਕਾਫੀ ਮਿੱਤਰ ਇਕੱਠੇ ਹੋਏ ਸੀਗੇ ਕਹਿੰਦੇ ਵੀ ਉਹ ਗੀਤ ਜ਼ਰੂਰ ਸੁਣਾਉਣਾ ਪਤਾ ਕੀ ਏ ਤੈਨੂੰ ਇੱਥੇ ਹੋਇਆ ਕੀ ਏ ਹਾਲ ਸਾਡਾ ਹੋਇਆ ਕੀ ਏ ਤੈਨੂੰ ਇੱਥੇ ਹੋਇਆ ਕੀ ਏ ਹਾਲ ਸਾਡਾ ਜਿਉਂਦੇ ਰਹੇ ਨਾ ਅਸੀਂ ਮਰਦੇ ਸਰੂਆਂ ਨੂੰ ਫੁੱਲ ਆ ਗਏ ਹੈ ਸਰੂਆਂ ਨੂੰ ਫੁੱਲ ਆ ਗਏ ਪਰ ਤੂੰ ਨਾ ਆਈ ਬੇ ਦਰਦੇ ਸਰੂਆਂ ਨੂੰ ਫੁੱਲ ਆ ਗਏ ਹੈ ਸਰੂਆਂ ਨੂੰ ਫੁੱਲ ਆ